ਪਸ਼ਚਾਤਾਪ ਯਾਤਰਾ 8ਵੇਂ ਦਿਨ ਨਿਰੰਤਰ ਜਾਰੀ ਹੈ। ਭਾਈ ਗੁਰਵਿੰਦਰ ਸਿੰਘ ਸਮਾਜ ਜੀ ਰਸਤੇ ਵਿੱਚ ਸੰਗਤਾਂ ਨਾਲ ਇੱਕੋ ਹੀ ਵਿਚਾਰ ਕਰਦੇ ਨੇ, ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜੋ, ਉਸ ਅਕਾਲ ਪੁਰਖ ਕੋਲੋਂ ਕੀਤੀਆਂ ਗਲਤੀਆਂ ਦੀ ਮਾਫ਼ੀ ਮੰਗੋ, ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਜਾਓ। ਪੱਖੂ ਕੇ ਕੈਂਚੀਆਂ ਤੋਂ ਚੱਲ ਕੇ ਗਿੱਲ ਕੋਠੇ ਪਹੁੰਚੇ, ਜਿੱਥੇ ਗੁਰੂ ਘਰ ਦੇ ਵਿੱਚ ਉਹਨਾਂ ਨੂੰ ਸਿਰੋਪਾਏ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਉਹਨਾਂ ਦੇ ਵਿਚਾਰਾਂ ਦੇ ਨਾਲ ਸਾਰੀਆਂ ਸੰਗਤਾਂ ਸਹਿਮਤ ਦਿੱਤੀਆਂ। ਇੱਥੇ ਸੰਗਤਾਂ ਵੱਲੋਂ ਚਾਹ ਦਾ ਲੰਗਰ ਵੀ ਛਕਾਇਆ ਗਿਆ। ਪਸ਼ਚਾਤਾਪ ਯਾਤਰਾ ਦੇ ਜ਼ਰੀਏ ਪਿੰਡ ਗਿੱਲ ਕੋਠੇ ਪਹੁੰਚੇ, ਜਿੱਥੇ ਉਹਨਾਂ ਦਾ ਭਰਮਾ ਸਵਾਗਤ ਕੀਤਾ, ਸਿਰੋਪਾਏ ਪਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ, ਉਹਨਾਂ ਦੇ ਵਿਚਾਰ ਵੀ ਸਾਰੀ ਸੰਗਤਾਂ ਨੇ ਸੁਣੇ। ਸੰਗਤਾਂ ਸਾਡੇ ਨਾਲ ਇੱਥੇ ਗੁਰਦੁਆਰਾ ਸਾਹਿਬ ਵਿੱਚ ਹੈਗੇ ਨੇ, ਸ਼ਹੀਦ ਨੇ। ਆਪਾਂ ਸੰਗਤਾਂ ਨਾਲ ਵੀ ਵਿਚਾਰ ਕਰਾਂਗੇ ਕਿ ਭਾਈ ਸਾਹਿਬ ਦੇ ਜਿਹੜੇ ਵਿਚਾਰ ਨੇ ਉਹ ਕਿੰਨੇ ਕੁ ਸਹਿਮਤ ਨੇ, ਕਿਹੜੇ ਕਿਹੜੇ ਹੋਰ ਜ਼ਰੀਏ ਹੋ ਸਕਦਾ ਜਿਹਦੇ ਨਾਲ ਅਸੀਂ ਪਸ਼ਚਾਤਾਪ ਕਰ ਸਕੀਏ। ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀਆਂ ਹੋਈਆਂ ਨੇ, ਉਹਨਾਂ ਦੇ ਦੋਸ਼ੀਆਂ ਨੂੰ ਉਹ ਅਕਾਲ ਪੁਰਖ ਸਜ਼ਾ ਦੇਗਾ, ਜੋ ਕਿ ਭਾਈ ਗੁਰਮਿੰਦਰ ਸਿੰਘ ਜੀ ਕਹਿੰਦੇ ਨੇ, ਇਹਨਾਂ ਕਿੰਨੇ ਕੁ ਸਹਿਮਤ ਨੇ ਭਾਈ ਸਾਹਿਬ? ਭਾਈ ਗੁਰਮਿੰਦਰ ਸਿੰਘ ਜੀ ਤੁਹਾਡੇ ਗਰਾਂ ਇੱਥੇ ਪਹੁੰਚੇ, ਪਹੁੰਚ ਕੇ ਉਹਨਾਂ ਨੂੰ ਤੁਸੀਂ ਭਰਮਾ ਸਵਾਗਤ ਕੀਤਾ, ਤੁਸੀਂ ਉਹਨਾਂ ਦੇ ਵਿਚਾਰਾਂ ਨਾਲ ਕਿੰਨੇ ਕੁ ਸਹਿਮਤ ਲੱਗਦੇ ਹੋ? ਅਸੀਂ ਵਾਹਿਗੁਰੂ ਉਹਨਾਂ ਨੂੰ ਪੂਰਾ ਹੀ ਸਹਿਮਤ ਹਾਂ ਜੀ। ਜਿੱਥੋਂ ਤੱਕ ਉਹ ਕਹਿ ਰਹੇ ਹਨ, ਅਸੀਂ ਸਹਿਜ ਪਾਠ ਵੀ ਕਰਵਾਵਾਂਗੇ, ਸਾਡੇ ਲਗਾਤਾਰ ਮੂਲ ਮੰਤਰ ਜਾਪੀ ਚੱਲਦੇ ਪਸ਼ਚਾਤਾਪ ਦੇ ਵਿੱਚ। ਵਾਹਿਗੁਰੂ ਉਹਨਾਂ ਦੀ ਯਾਤਰਾ ਸਫਲ ਕਰੇ, ਅਰਦਾਸ ਬੇਨਤੀ ਹੈ ਉਹਨਾਂ ਦੀ ਮਨਜ਼ੂਰ ਕਰੇ। ਸੋ ਬਹੁਤ ਹੀ ਅੱਛੀ ਗੱਲ ਹੈ, ਕਹਿੰਦੇ ਨੇ ਕਿ ਇੱਕ ਦੂਸਰੇ ਦੇ ਨਾਲ ਪਿਆਰ ਨਿਰੰਤਰ ਇਸੇ ਤਰ੍ਹਾਂ ਵੱਧਦਾ। ਜਿਵੇਂ ਕਿ ਕਿਲ ਪਿੰਡ ਗਿੱਲ ਕੋਠਿਆਂ ਪਹੁੰਚ ਕੇ ਪਤਾ ਲੱਗਿਆ ਕਿ ਇੱਥੇ ਪਹਿਲਾਂ ਹੀ ਮੂਲ ਮੰਤਰ ਦੇ ਜਿਹੜੇ ਜਾਪ ਨੇ ਨਿਰੰਤਰ ਕੀਤੇ ਜਾ ਰਹੇ ਨੇ ਪਸ਼ਚਾਤਾਪ ਵਜੋਂ, ਅਤੇ ਸਹਿਜ ਪਾਠ ਕਰਵਾਉਣ ਵਾਸਤੇ ਵੀ ਇਹ ਪਿੰਡ ਵਾਲੇ ਜਿਹੜੇ ਹੈਗੇ ਨੇ ਲੋਕ, ਉਹਨਾਂ ਦਾ ਕਹਿਣਾ ਭਾਈ ਸਾਹਿਬ ਨੇ ਸਾਨੂੰ ਦੱਸਿਆ। ਅਤੇ ਜੇ ਗੱਲ ਕਰਦੇ ਬਜ਼ੁਰਗ, ਤੁਸੀਂ ਵੀ ਪੂਰੀ ਉਮਰ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਰਹੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਨੇ, ਅਸੀਂ ਸਰਕਾਰਾਂ ਕੋਲ ਕੀ ਉਮੀਦ ਰੱਖ ਸਕਦੇ? ਸਾਨੂੰ ਖੁਦ ਨੂੰ ਵੀ ਪਸ਼ਚਾਤਾਪ ਕਰਨਾ ਚਾਹੀਦਾ ਕਿ ਸਾਡੇ ਹੁੰਦੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਇਹ ਬੇਅਦਬੀਆਂ ਹੋਈਆਂ ਨੇ। ਜਿਵੇਂ ਕਿ ਇੱਥੇ ਮੂਲ ਮੰਤਰ ਹੋ ਰਿਹਾ, ਤੁਸੀਂ ਵੀ ਖੁਦ ਮੂਲ ਮੰਤਰ ਵਿੱਚ ਸ਼ਾਮਿਲ ਹੁੰਦੇ ਹੋ? ਸੋ ਇਸੇ ਨੂੰ ਕਹਿੰਦੇ ਸਾਦਗੀ। ਪਿੰਡਾਂ ਦੇ ਵਿੱਚ ਬਜ਼ੁਰਗ ਲੋਕ ਹੈਗੇ ਨੇ, ਉਹ ਸਾਨੂੰ ਹਮੇਸ਼ਾ ਹੀ ਸੇਧ ਦਿੰਦੇ ਨੇ ਕਿ ਕਿਸ ਰਾਹ ਚੱਲਣਾ, ਕਿਸ ਰਾਹ ਨਹੀਂ ਚੱਲਣਾ ਹੈਗਾ। ਸ਼ਬਦ ਘੱਟ ਬੋਲਦੇ ਨੇ ਲੇਕਿਨ ਸਾਨੂੰ ਰਸਤਾ ਜ਼ਰੂਰ ਦਿਖਾਉਂਦੇ ਨੇ। ਬਜ਼ੁਰਗ, ਤੁਸੀਂ ਵੀ ਗੁਰੂ ਘਰ ਦੇ ਵਿੱਚ ਆਏ ਹੋਏ ਹੋ, ਤੁਸੀਂ ਵੀ ਗੁਰੂ ਘਰ ਦੇ ਨਾਲ ਜੁੜੇ ਹੋਏ ਹੋ, ਆਪਾਂ ਹੋਰ ਕਿਹੜੇ ਜ਼ਰੀਏ ਨੇ ਕਿ ਪਸ਼ਚਾਤਾਪ ਕਰੀਏ ਜੋ ਗੁਰੂ ਸਾਹਿਬ ਜਲਦ ਤੋਂ ਜਲਦ ਉਹਨਾਂ ਦੋਸ਼ਾਂ ਨੂੰ ਸਜ਼ਾ ਦੇ? ਹੋਰ ਗੱਲਾਂ ਜਿਹੜੀਆਂ ਹੋਰ ਬਾਰਦਾਤਾਂ ਤਾਂ ਹੋਰ ਦੀਆਂ, ਹੋਰ ਉਹ ਜਿਹੜੀ ਗੱਲ ਮੇਨ ਹੈ ਉਹ ਤਾਂ ਇੱਥੋਂ ਹੀ। ਬਿਲਕੁਲ ਸਹੀ ਗੱਲ ਹੈ ਕਿ ਆਪਾਂ ਦੁਨਿਆਵੀ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ, ਜਿਹੜੀ ਧੁਰੋਂ ਆ ਜਾਣੀ ਹੈ ਉਹ ਗੁਰੂ ਦੇ ਹੁਕਮ ਨਾਲ ਜਾਣੀ ਹੈ, ਅਕਾਲ ਪੁਰਖ ਦੇ ਹੁਕਮ ਨਾਲ ਜਾਣੀ ਹੈ। ਆਪਾਂ ਅਕਾਲ ਪੁਰਖ ਅੱਗੇ ਹੀ ਦੁਆ ਕਰਨੀ ਹੈ, ਇਹ ਗੁਜ਼ਾਰਿਸ਼ ਕਰਨੀ ਹੈ, ਬੇਨਤੀ ਕਰਨੀ ਹੈ, ਅਰਦਾਸ ਕਰਨੀ ਹੈ ਕਿ ਜਲਦ ਤੋਂ ਜਲਦ ਤੁਸੀਂ ਉਹਨਾਂ ਦੋਸ਼ੀਆਂ ਨੂੰ ਪਕੜੋ। ਸਾਡੇ ਨਾਲ ਜੰਗ ਨੇ ਜੋ ਕਿ ਸਮਾਜ ਦਾ ਮੁੱਢਲਾ ਮੋਢਾ ਹੁੰਦੇ ਨੇ, ਇਹ ਵੀ ਪਿੰਡ ਦੇ ਵਾਸਨਿਕ ਦੇ। ਤੁਸੀਂ ਕੀ ਕਹਿਣਾ ਚਾਹੋਗੇ ਕਿ ਆਪਾਂ ਨਾ ਕਿ ਸਿਰਫ ਧਰਨੇ ਦੇਈਏ, ਜਾਮ ਲਗਾਈਏ, ਜਿਵੇਂ ਕਿ ਭਾਈ ਗੁਰਮਿੰਦਰ ਸਿੰਘ ਜੀ ਕਹਿੰਦੇ ਆ ਸਾਨੂੰ ਸੜਕਾਂ 'ਤੇ ਜਾਮ ਲਾਉਣ ਦੀ ਲੋੜ ਨਹੀਂ, ਅਸੀਂ ਅੰਦਰੋਂ ਆਵਾਜ਼ ਚੱਕੀਏ ਜੋ ਅਕਾਲ ਪੁਰਖ ਤੱਕ ਜਾਵੇ। ਸੋ ਜਿਵੇਂ ਕਿ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਹੁਣ ਹਰੇਕ ਇਨਸਾਨ ਦੇ ਦਿਲ ਵਿੱਚ ਇਹ ਹੈ ਕਿ
ਗੁਰੂ ਸਾਹਿਬ ਖੁਦ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇਣਗੇ ਜਿਨ੍ਹਾਂ ਨੇ ਉਹ ਬੇਅਦਬੀਆਂ ਕੀਤੀਆਂ ਸੀਗੀਆਂ, ਅਤੇ ਬਿਲਕੁਲ ਗੁਰੂ ਸਾਹਿਬ ਨੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਵੀ ਦੇ ਦੇਣੀ ਆ। ਸਿਰਫ ਇੰਨੀ ਕੁ ਦੇਰੀ ਹੈ ਕਿ ਅਸੀਂ ਉਹਨਾਂ ਨੂੰ ਦਿਲੋਂ ਗੁਜ਼ਾਰਿਸ਼ ਕਰੀਏ ਕਿ ਗੁਰੂ ਸਾਹਿਬ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਤੁਸੀਂ ਖੁਦ ਹੀ ਸਜ਼ਾ ਦੇਣੀ ਹੈ, ਤੁਸੀਂ ਸਾਡੇ ਸਭ ਦੇ ਉੱਪਰ ਜਿਹੜਾ ਆਸ਼ੀਰਵਾਦ ਦਾ ਹੱਥ ਰੱਖਣਾ ਹੈਗਾ ਤਾਂ ਜੋ ਦੁਬਾਰਾ ਇਹ ਜਿਹੇ ਬੇਅਦਬੀ ਦੀਆਂ ਖਬਰਾਂ ਉੱਤੇ ਪੰਜਾਬ ਦੁਬਾਰਾ ਕੰਬ ਨਾ ਉੱਠੇ। ਪੰਜਾਬ ਦੇ ਵਿੱਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਣਾ, ਮੰਨ ਲਓ ਕਿ ਇੱਦਾਂ ਕਿ ਗਿੱਲ ਕੋਠੇ ਤੋਂ ਵਿਚਾਰ ਸਾਂਝੇ ਕਰਨ ਤੋਂ ਬਾਅਦ ਚੱਲ ਪਏ ਭਾਈ ਗੁਰਮਿੰਦਰ ਸਿੰਘ ਸਹਿਮਤ ਜੀ ਪਸ਼ਚਾਤਾਪ ਯਾਤਰਾ 'ਤੇ। ਸੈਣੇ ਪਹੁੰਚ ਕੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਸਿਰੋਂ ਪਾਏ ਪਾਏ ਗਏ, ਵਿਚਾਰ ਵਟਾਂਦਰੇ ਕੀਤੇ ਗਏ ਅਤੇ ਭਾਈ ਗੁਰਮਿੰਦਰ ਸਿੰਘ ਸਹਿਮਤ ਜੀ ਜਿਵੇਂ ਕਿ ਹਰ ਵਾਰ ਕਹਿੰਦੇ ਨੇ ਕਿ ਸਹਿਜ ਪਾਠ ਕਰਵਾਏ ਜਾਣ, ਗੁਰੂ ਸਾਹਿਬ ਦਾ ਨਾਮ ਜਪਿਆ ਜਾਵੇ, ਸਵੇਰੇ ਸ਼ਾਮ ਮਾਫ਼ੀਨਾਮੇ ਦੀ ਅਰਦਾਸ ਕੀਤੀ ਜਾਵੇ, ਇਹੀ ਵਿਚਾਰ ਇੱਥੇ ਵੀ ਰੱਖੇ। ਸੰਗਤਾਂ ਇਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤ ਕੀਤੀਆਂ। ਅੱਠਵੇਂ ਦਿਨ ਭਾਈ ਗੁਰਮਿੰਦਰ ਸਿੰਘ ਜੀ ਦੀ ਪਸ਼ਚਾਤਾਪ ਯਾਤਰਾ ਜਿਹੜੀ ਹੈ ਜਾਰੀ ਹੈ। ਚੀਮਾ ਤੋਂ ਚੱਲ ਕੇ ਭਦੌੜ ਪਹੁੰਚੇ ਨੇ। ਭਦੌੜ ਦੀ ਤਸਵੀਰਾਂ ਵਿੱਚ ਦੇਖਿਆ ਕਿ ਬਹੁਤ ਹੀ ਭਰਵਾਂ ਸਵਾਗਤ ਕੀਤਾ ਜਾ ਰਿਹਾ, ਸਰੋਪਾਏ ਪਾ ਕੇ ਇਹਨਾਂ ਦਾ ਸਨਮਾਨ ਕਰਿਆ ਜਾ ਰਿਹਾ ਅਤੇ ਵਿਚਾਰ ਜਿਹੜੇ ਆਪਸ ਦੇ ਵਿੱਚ ਵਟਾਂਦਰੇ ਕੀਤੇ ਜਾ ਰਹੇ ਨੇ। ਭਾਈ ਸਾਹਿਬ ਆਪਣੇ ਜਿਹੜੇ ਵੀ ਵਿਚਾਰ ਹੈਗੇ ਨੇ ਸਾਰੇ ਸੰਗਤਾਂ ਨਾਲ ਰੱਖ ਰਹੇ, ਸੰਗਤ ਉਹਨਾਂ ਦੇ ਵਿਚਾਰਾਂ ਤੋਂ ਸਹਿਮਤ ਹੈ ਅਤੇ ਉਹਨਾਂ ਦੇ ਜਿਹੜੇ ਇਹ ਕਦਮ ਹੈ ਇਸ ਕਦਮ ਦੀ ਬਿਲਕੁਲ ਹੀ ਨਾਲ ਚੱਲ ਕੇ ਨਾਲ ਉਹਨਾਂ ਦੇ ਹੋ ਕੇ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਆਪਾਂ ਗੱਲ ਕਰਦੇ ਹਾਂ। ਭਦੌੜ ਪਹੁੰਚੇ ਨੇ ਭਾਈ ਗੁਰਮਿੰਦਰ ਸਿੰਘ ਪੈਦਲ ਪਸ਼ਚਾਤਾਪ ਯਾਤਰਾ ਲੈ ਕੇ ਪਟਿਆਲੇ ਵਿੱਚ ਲੰਘੇ 3 ਦਸੰਬਰ ਅਤੇ ਰਾਹ ਦੇ ਵਿੱਚ ਜਿਵੇਂ ਜਿਵੇਂ ਸੰਗਤਾਂ ਮਿਲ ਰਹੀਆਂ ਨੇ ਕਹਿੰਦੇ ਜਿਹੜੇ ਵਿਚਾਰ ਨੇ ਉਹਨਾਂ ਦੇ ਸਹਿਮਤ ਆਪਣੀ ਅੱਖ ਹੈ ਉਹ ਬਣਾ ਲਾਂਗੇ ਤਾਂ ਸਤਿਗੁਰ ਆਪ ਜਿਹੜੀ ਉਹਨਾਂ ਦੀ ਬੇਅਬਦੀ ਹੋਈ ਆ ਅਤੇ ਉਹ ਪਹਿਲਾਂ ਤੋਂ ਸ਼ੁਰੂ ਤੋਂ ਇਤਿਹਾਸ ਹੈ ਜੀ ਵੀ ਉਹ ਸਿੰਘ ਦੇ ਸਿਰ 'ਤੇ ਹੱਥ ਰੱਖਦੇ ਆਏ ਆ, ਚਾਹੇ ਉਹ 84 ਵਾਲੀ ਗੱਲ ਲਾ ਲਓ ਜਾਂ ਪਿੱਛੇ ਜਕਰੀਆ ਖਾਨ ਵਾਲੀ ਗੱਲ ਲਾ ਲਓ, ਮੱਸਾ ਰੰਗਣ ਵਾਲੀ ਲਾ ਲਓ, ਵੀ ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਸਿੰਘਾਂ 'ਤੇ ਹੱਥ ਰੱਖ ਕੇ ਉਹਨਾਂ ਤੋਂ ਸੇਵਾ ਲਈ ਹੈ ਅਤੇ ਇਹੋ ਜਿਹੇ ਸਾਨੂੰ ਸਿੰਘਾਂ ਦੀ ਲੋੜ ਆ ਜਿਹੜੇ ਮਹਾਰਾਜ ਨੂੰ ਖੁਦ ਆਪ ਬੇਨਤੀ ਅਰਦਾਸ ਕਰਕੇ ਕਹਿ ਰਹੇ ਆ ਵੀ ਸਤਿਗੁਰ ਆਪ ਜਾਣੀ ਜਾਣੇ ਅਤੇ ਉਹਨਾਂ ਨੂੰ ਆਪ ਦੇ ਹੱਥ ਰੱਖੇ। ਬਿਲਕੁਲ ਜੀ, ਬਹੁਤ ਸ਼ਲਾਘਾਯੋਗ ਕਦਮ ਹੈ ਜੀ। ਬਿਲਕੁਲ ਅਸੀਂ ਵੀ ਸਾਰਿਆਂ ਨੂੰ ਮਤਲਬ ਨਗਰ ਦੇ ਵਿੱਚ ਰਹਿ ਕਰਕੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਣਾ ਚਾਹੀਦਾ ਜੀ, ਗੁਰੂ ਸਾਹਿਬਾਂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਅਰਦਾਸ ਦੇ ਨਾਲ ਹੀ ਜਿਹੜਾ ਅੱਜ ਪਾਕਿਸਤਾਨ ਦਾ ਲਾਂਘਾ ਖੁੱਲਿਆ ਗਾ। ਅਰਦਾਸ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਬਿਲਕੁਲ ਜੀ, ਜੋ ਅਰਦਾਸ ਦੇ ਵਿੱਚ ਸ਼ਕਤੀ ਹੈ ਉਹ ਪੂਰਾ ਜੱਗ ਜਾਣਦਾ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਭਾਈ ਸਾਹਿਬ ਕਰੀ ਜਾਵੇ ਚਾਹੇ ਸਵੇਰੇ ਸ਼ਾਮ ਮਾਫ਼ੀਨਾਮੇ ਦੀ ਅਰਦਾਸ ਕਰੀ ਜਾਵੇ, ਉਹ ਅਕਾਲ ਪੁਰਖ ਖੁਦ ਹੀ ਸੋਚਦਾ ਅਤੇ ਖੁਦ ਉਹ ਤੁਹਾਨੂੰ ਬਲ ਬਖਸ਼ਦਾ ਕਿ ਤੁਸੀਂ ਉਹਦੇ ਚਰਨਾਂ ਵਿੱਚ ਰਹਿ ਕੇ ਆਪਣਾ ਜੀਵਨ ਸਫਲ ਕਰ ਸਕਦੇ ਹੋ। ਸੋ ਭਦੌੜ ਦੀਆਂ ਸਾਰੀਆਂ ਸੰਗਤਾਂ ਜਿਹੜੀਆਂ ਹੈਗੀਆਂ ਇੱਕ ਰਾਏ ਇੱਕ ਗੱਲ ਕਰਕੇ ਭਾਈ ਸਾਹਿਬ ਭਾਈ ਗੁਰਮਿੰਦਰ ਸਿੰਘ ਜੀ ਨੇ ਜੋ ਨਿਸ਼ਚੇ ਕੀਤਾ ਪਸ਼ਚਾਤਾਪ ਯਾਤਰਾ ਦਾ ਉਹਦੇ ਨਾਲ ਵੀ ਸਹਿਮਤੀ ਰੱਖਦੇ ਨੇ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਕਿ ਜਲਦ ਹੀ ਇੱਥੇ ਵੀ ਕੋਈ ਇਹੋ ਜਿਹੜਾ ਹੈਗਾ ਪਾਠ ਕਰਾਇਆ ਜਾਏਗਾ ਜੋ ਪਸ਼ਚਾਤਾਪ ਵਜੋਂ ਹੋਏਗਾ ਤਾਂ ਜੋ ਅਕਾਲ ਪੁਰਖ ਉਹਨਾਂ ਦਾ ਦੋਸ਼ਾਂ ਨੂੰ ਜਲਦੀ ਸਜ਼ਾ ਦੇਵੇ ਤਾਂ ਜੋ ਸ਼ੁਕਰਾਨੇ ਵਜੋਂ ਵੀ ਦੁਬਾਰਾ ਪਾਠ ਹੋ ਸਕਣ। ਸੋ ਇਸੇ ਤਰ੍ਹਾਂ ਪਸ਼ਚਾਤਾਪ ਯਾਤਰਾ ਜਿਹੜੀ 8ਵੇਂ ਦਿਨ ਜਾਰੀ ਰਹੇਗੀ, ਤੁਹਾਨੂੰ ਜਾਰੀ ਇਸ ਯਾਤਰਾ ਦਾ ਜਿਹੜੇ ਹੈ ਪਹਿਲੂ ਦਿਖਾਉਂਦੇ ਰਹਾਂਗੇ ਅਤੇ ਤੁਸੀਂ ਸਾਰੇ ਜੁੜੇ ਰਹੋ। ਸੈਣੇ ਤੋਂ ਭਾਈ ਗੁਰਮਿੰਦਰ ਸਿੰਘ ਜੀ ਨੇ ਆਪਣੀ ਯਾਤਰਾ ਫਿਰ ਸ਼ੁਰੂ ਕੀਤੀ। ਨਿਰੰਤਰ 8ਵੇਂ ਦਿਨ ਦੀ ਯਾਤਰਾ ਚੱਲਦੀ ਰਹੀ, ਨਾਮ ਸਿਮਰਨ ਹੁੰਦਾ ਰਿਹਾ, ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਰਿਹਾ।
ਭਾਈ ਗੁਰਮਿੰਦਰ ਸਿੰਘ ਚੱਲ ਕੇ ਪਹੁੰਚੇ ਭਦੌੜ ਗੁਰੂ ਘਰ ਦੇ ਵਿੱਚ। ਪਾਤਸ਼ਾਹੀ ਛੇਵੀਂ ਮੀਰੀ ਪੀਰ ਦੇ ਮਾਲਕ ਗੁਰੂ ਘਰ ਦੇ ਅੰਦਰ ਜਾ ਕੇ ਨਤਮਸਤਕ ਹੋਏ। ਗੁਰਦੁਆਰਾ ਕਮੇਟੀ ਵੱਲੋਂ ਭਾਈ ਗੁਰਮਿੰਦਰ ਸਿੰਘ ਸਾਮਤ ਜੀ ਨੂੰ ਸਨਮਾਨਿਤ ਕੀਤਾ ਗਿਆ ਸਰੋਪਾਏ ਪਾ ਕੇ। ਉਹਨਾਂ ਦੇ ਨਾਲ ਜੋ ਸੰਗੀ ਸਾਥੀ ਸਨ ਉਹਨਾਂ ਨੂੰ ਵੀ ਸਰੋਪਾਏ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਇੱਕ ਭਾਈ ਗੁਰਮਿੰਦਰ ਸਿੰਘ ਸਾਮਤ ਜੀ ਨੇ ਅੱਜ ਦੀ ਯਾਤਰਾ ਇੱਥੇ ਹੀ ਸੰਪੰਨ ਕੀਤੀ ਅਤੇ ਅੱਜ ਦੀ ਰਾਤ ਇੱਥੇ ਹੀ ਵਿਸ਼ਰਾਮ ਕਰਨ ਦੇ ਵਾਸਤੇ ਉਹਨਾਂ ਨੇ ਇੱਛਾ ਜਤਾਈ। ਸੋ ਗੁਰਦੁਆਰਾ ਕਮੇਟੀ ਵੱਲੋਂ ਇੱਥੇ ਰਹਿਣ ਲਈ ਸਹੀ ਵਿਵਸਥਾ ਕਰ ਦਿੱਤੀ ਗਈ ਅਤੇ ਭਾਈ ਗੁਰਮਿੰਦਰ ਸਿੰਘ ਸਾਮਤ ਕੱਲ੍ਹ ਸਵੇਰੇ 9ਵੇਂ ਦਿਨ ਆਪਣੀ ਪਸ਼ਚਾਤਾਪ ਯਾਤਰਾ ਇੱਥੋਂ ਹੀ ਸ਼ੁਰੂ ਕਰਨਗੇ।